ਸਰ ਮਾ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਭਾਰੀ ਸਾਧ ਸੰਗਤ ਜੀ ਉਹ ਦਾਸ ਪਪਿੰਦਰ ਸਿੰਘ ਆਪ ਜੀ ਨਾਲ ਪਹਿਲਾਂ ਫਤਿਹ ਦੀ ਸਨ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰ ਜਾ ਰਹੇ ਹਾਂ ਸਤਿਗੁਰਾਂ ਨੇ ਬਚਨ ਗੀਤਾ ਹੈ ਤੇਰਾ ਪਾਣਾ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਸੋ ਇੱਕ ਵਾਰ ਕਿਸੇ ਸਿੱਖ ਨੇ ਸਤਿਗੁਰ ਜੀ ਇਸ ਆਸਾ ਰਗ ਦੇ ਸ਼ਬਦ ਦਾ ਉਚਾਰਨ ਰਹੀ ਸਨ ਕਿਹਾ ਕਿ ਪਾਤਸ਼ਾਹ ਜੋ ਤੁਸੀਂ ਇਹ ਸ਼ਬਦ ਉਚਾਰਿਆ ਹੈ ਕੀ ਇਸ ਉਤੇ ਅਮਲ ਕਰਨ ਵਾਲਾ ਵੀ ਕੋਈ ਸਿੱਖ ਹੈ ਜਾਂ ਨਹੀਂ ਤਾਂ ਸਤਿਗੁਰਾਂ ਨੇ ਕਿਹਾ ਪਾਈ ਸਿੱਖਾ ਸਮਾਂ ਆਉਣ ਦੇ ਤੈਨੂੰ ਇਸ ਦਾ ਜਵਾਬ ਖੁਦ ਹੀ ਮਿਲ ਜਾਵੇਗਾ ਸੋ ਸਮਾਂ ਲੰਘਿਆ ਕੁਝ ਦਿਨ ਬਾਅਦ ਹੀ ਗੁਜਰਾਤ ਦਾ ਇੱਕ ਸਿੱਖ ਆਪਣੇ ਪੁੱਤਰ ਦੇ ਵਿਆਹ ਦਾ ਨ्योता ਲੈ ਕੇ ਪਾਤਸ਼ਾਹ ਜੀ ਕੋਲ ਆਇਆ ਵਿਆਹ ਦਾ ਦੇ ਨੇੜੇ ਆ ਗਿਆ ਪਾਤਸ਼ਾਹ ਜੀ ਨੇ ਕਿਹਾ ਉਸ ਗੁਰਸਿੱਖ ਨੂੰ ਬੁਲਾ ਕੇ ਕਿ ਇਹ ਭਾਈ ਸਿੱਖਾ ਤੂੰ ਜਾ ਗੁਜਰਾਤ ਭਾਈ ਭਿਖਾਰੀ ਜੀ ਦੇ ਸੁਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋ ਔਰ ਖੁਸ਼ੀਆਂ ਨੂੰ ਦੁੱਗਣੇ ਕਰੋ ਸਤਿਗੁਰਾਂ ਦੀ ਆਗਿਆ ਪਾ ਕੇ ਉਹ ਗੁਰਸਿੱਖ ਗੁਜਰਾਤ ਚੱਲਿਆ ਗਿਆ ਜਦੋਂ ਭਾਈ ਭਿਖਾਰੀ ਜੀ ਨੂੰ ਪਤਾ ਲੱਗਿਆ ਕਿ ਗੁਰਸਿੱਖ ਆਇਆ ਹੈ ਤਾਂ ਬੜਾ ਹੀ ਪਰਿਵਾਰ ਵੱਲੋਂ ਸਤਿਕਾਰ ਕੀਤਾ ਗਿਆ ਸੋ ਅਗਲੇ ਹੀ ਦਿਨ ਦੇਖਦਾ ਹੈ ਕਿ ਭਾਈ ਭਿਖਾਰੀ ਜੀ ਸਨ ਉਹ ਪਾਟੀਆਂ ਹੋਈਆਂ ਬੋਰੀਆਂ ਨੂੰ ਸੇਉਂ ਹੀ ਜਾਂਦੇ ਹਨ ਭਾ ਪੱਲੀਆਂ ਬਣਾਈ ਜਾਂਦੇ ਹਨ ਕਿਹਾ ਦੇਖਿਆ ਬੜਾ ਅਚਰਜ ਹੋਇਆ ਕਿਹਾ ਕਿ ਇਹ ਭਾਈ ਗੁਰਸਿੱਖਾ ਤੂੰ ਇਹ ਕੀ ਕਰ ਰਿਹਾ ਹੈ ਤਾਂ ਭਾਈ ਭਿਖਾਰੀ ਜੀ ਨੇ ਉੱਤਰ ਦਿੱਤਾ ਭਾਈ ਸਾਹਿਬ ਇਹਨਾਂ ਦੀ ਵੀ ਲੋੜ ਪੈ ਸਕਦੀ ਹੈ ਤਾਂ ਉਹ ਦਿਨ ਵੀ ਆ ਗਿਆ ਜਿਸ ਦਿਨ ਬਰਾਤ ਚੜ੍ਹਨੀ ਸੀ ਸੋ ਅਗਲੇ ਦਿਨ ਦੇਖਦਾ ਹੈ ਕਿ ਭਾਈ ਭਿਖਾਰੀ ਜੀ ਅਰਥੀ ਦਾ ਸਮਾਨ ਹਨ ਜੋ ਉਹ ਤਿਆਰ ਕਰੀ ਜਾਂਦੇ ਹਨ ਗੁਰਸਿੱਖ ਬੜਾ ਹੀ ਹੈਰਾਨ ਹੋਇਆ ਕਿ ਇੱਕ ਪਾਸੇ ਖੁਸ਼ੀਆਂ ਚੱਲ ਰਹੀਆਂ ਹਨ ਔਰ ਹੀ ਗੁਰਸਿੱਖ ਨੂੰ ਕੀ ਹੋਇਆ ਹੈ ਜੋ ਅਰਥੀ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ ਸੋ ਸ਼ਾਮ ਨੂੰ ਜਦੋਂ ਲੜਕੇ ਨੂੰ ਵਿਆਹ ਕੇ ਲੈ ਕੇ ਆਈ ਤਾਂ ਲੜਕੀ ਦੀ ਮੌਤ ਹੋ ਜਾਂਦੀ ਹੈ ਸੋ ਜਿਹੜਾ ਸਮਾਨ ਪਾਈ ਭਿਖਾਰੀ ਜੀ ਨੇ ਤਿਆਰ ਕੀਤਾ ਸੀ ਉਸੇ ਸਮਾਨ ਦੀ ਉਸ ਸਮੇਂ ਜ਼ਰੂਰਤ ਪੈ ਗਈ ਤਾਂ ਗੁਰਸਿੱਖ ਨੇ ਕਿਹਾ ਭਾਈ ਵਿਖਾਰੀ ਜੀ ਕੀ ਤੁਹਾਨੂੰ ਪਤਾ ਸੀ ਕਿ ਮੇਰੇ ਸੁਪੁੱਤਰ ਦੀ ਮੌਤ ਹੋ ਜਾਣੀ ਹੈ ਤਾਂ ਸਤਿਗੁਰੂ ਦਾ ਇਹ ਬਚਨ ਉਚਾਰਨ ਕੀਤਾ ਭਾਈ ਵਿਖਾਰੀ ਜੀ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸੋ ਭਾਈ ਉਸ ਸਮੇ ਗੁਰਸਿੱਖ ਨੇ ਕਿਹਾ ਸਤਿਗੁਰੂ ਜੀ ਤੁਸੀਂ ਤੁਹਾਨੂੰ ਹੋ ਇਸ ਤੁਹਾਡੇ ਗੁਰਸਿੱਖ ਵੀ ਤਾਂ ਨਾ ਹਨ ਜੋ ਅੱਜ ਵੀ ਪਾਣਾ ਮੰਨਣ ਦੀ ਬਲ ਬੁੱਧੀ ਤੇ ਸਮਰੱਥਾ ਰੱਖਦੇ ਹਨ ਸੋ ਸਤਿਗੁਰਾਂ ਦੀ ਗੂੰਗਾਣੀ ਕਰਦਾ ਭਾਈ ਉਹ ਗੁਰਸਿੱਖ ਸਤਿਗੁਰਾਂ ਪਾਸ ਵਾਪਸ ਆ ਗਿਆ ਸੋ ਆਪਾਂ ਨੂੰ ਵੀ ਭਾਈ ਉਹ ਸਤਿਗੁਰੂ ਦੇ ਪਾਣੇ ਵਿੱਚ ਰਹਿਣਾ ਉਸ ਸਤਿਗੁਰੂ ਦੇ ਹੁਕਮ ਵਿੱਚ ਰਹਿਣਾ ਬੰਦਾ ਹੈ ਸੋ ਇਨੀ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਖਿਮਾ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ